ਪੰਜਾਬ ਪੁਲਿਸ ਆਪਣੇ ਕਾਰਨਾਮਿਆਂ ਕਰਕੇ ਆਏ ਦਿਨ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਭਾਵੇਂ ਕਿਸੇ ਤੇ ਨਜਾਇਜ਼ ਪਰਚਾ ਦਰਜ ਕਰਨ ਦੀ ਗੱਲ ਹੋਵੇ ਜਾਂ ਫਿਰ ਕਿਸੇ ਤੇ ਆਪਣੀ ਫੋਕੀ ਤੌਂਸ ਜਮਾਉਣੀ ਹੋਵੇ। ਦਰਅਸਲ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਅਨਗੜ੍ਹ ਵਿਖੇ, ਜਿੱਥੇ ਛਾਪੇਮਾਰੀ ਦੌਰਾਨ ਦੋ ਨੌਜਵਾਨਾਂ ਤੇ ਨਜਾਇਜ਼ ਪਰਚਾ ਦਰਜ ਕਰਨ ਦੇ ਦੋਸ਼ ਲੱਗੇ ਨੇ। ਪੀੜਤ ਪਰਿਵਾਰ ਨੇ ਪਿੰਡ ਵਾਸੀਆਂ ਨਾਲ ਮਿਲ ਕੇ IG ਬਾਰਡਰ ਰੇਂਜ ਕੋਲ ਲਿਖਤੀ ਪੱਤਰ ਦਿੱਤਾ, ਜਿਸ ਵਿੱਚ ਉਹਨਾਂ ਦੱਸਿਆ ਕਿ ਉਹ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਰੋਟੀ ਖਾ ਰਹੇ ਸਨ ਤੇ ਅਚਾਨਕ 4-5 ਗੱਡੀਆਂ ਵਿੱਚ 35 ਤੋਂ 40 ਦੇ ਕਰੀਬ ਪੁਲਿਸ ਵਾਲੇ ਘਰ ਵਿੱਚ ਆਉਂਦੇ ਨੇ ਤੇ ਘਰ ਵਿੱਚ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ, ਜਿਸ ਉਪਰੰਤ ਦੋ ਨੌਜਵਾਨ ਜਸਵੀਰ ਸਿੰਘ ਤੇ ਚੰਦ ਸਿੰਘ ਨੂੰ ਫੜ ਕੇ ਥਾਣੇ ਲੈ ਜਾਂਦੇ ਨੇ। ਪੀੜਤ ਦੀ ਪਤਨੀ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਅਗਲੇ ਦਿਨ ਹੀ ਅਖਬਾਰ ਦੀ ਇੱਕ ਖਬਰ ਤੋਂ ਪਤਾ ਚੱਲਦਾ ਹੈ ਕਿ ਉਹਨਾਂ ਦੇ ਘਰ ਵਿੱਚੋਂ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ, ਜਦਕਿ ਉਹਨਾਂ ਦੇ ਘਰ ਚੋਂ ਤਲਾਸ਼ੀ ਦੌਰਾਨ ਕੁਝ ਨਹੀਂ ਸੀ ਮਿਲਿਆ, ਜਿਸ ਦਾ ਗਵਾਹ ਉਹਨਾਂ ਦਾ ਸਾਰਾ ਮੁਹੱਲਾ ਹੈ। ਪੀੜਤ ਪਰਿਵਾਰ ਵੱਲੋਂ ਮਾਮਲੇ ਦੀ ਜਾਂਚ ਦੇ ਨਾਲ ਇਨਸਾਫ ਦੀ ਮੰਗ ਵੀ ਕੀਤੀ ਗਈ ਹੈ। ਕੱਲ 4 ਵਜੇ ਸਾਡੇ ਵੱਲ ਸਾਡੇ ਘਰ ਪੁਲਿਸ ਵਾਲੇ ਆਏ, ਘੱਟੋ ਘੱਟ 40-45 ਜਾਣੇ ਹੋਣੇ ਆ ਤੇ 4-5 ਲੇਡੀਜ਼ ਹੋਣੀ ਆ, ਠੀਕ ਹੈ। ਉਹਨਾਂ ਨੇ ਆਉਂਦੇ ਹੋਏ ਸਿੱਧਾ ਸਾਡੇ ਕਮਰਿਆਂ 'ਚ ਵੜ ਕੇ ਰੋਟੀ ਖਾਂਦੇ ਪਏ ਸੀ, ਮੈਂ ਅਤੇ ਮੇਰੇ ਹਸਬੈਂਡ, ਬੱਚੇ ਵੀ ਨਾਲ ਹੀ ਬੈਠੇ ਸੀ। ਅਸੀਂ ਵਾਰ ਵਾਰ ਉਹਨਾਂ ਨੂੰ ਪੁੱਛਦੇ ਪਏ, ਸਾਨੂੰ ਦੱਸੋ ਸਹੀ ਹੋਇਆ ਕੀ ਹੋਇਆ ਕੀ, ਸਾਨੂੰ ਕੁਛ ਨਹੀਂ ਦੱਸਿਆ, ਸਿਰਫ ਇਹੀ ਕਹਿ ਗਏ ਪਿੱਛੇ ਹੋ ਜਾਓ, ਪਿੱਛੇ ਹੋ ਜਾਓ, ਪਿੱਛੇ ਹੋ ਜਾਓ। ਇਹਦੇ ਪਾਪਾ ਨੰਗੇ ਪੈਰੀ ਬੈਠੇ ਸੀ, ਚੱਪਲ ਨਹੀਂ ਪਾਈ, ਨਹਾ ਕੇ ਬਾਹਰ ਨਿਕਲੇ ਸੀ। ਉਸ ਤਰ੍ਹਾਂ ਹੀ ਫੜ ਕੇ ਉਹਨਾਂ ਨੇ 5-6 ਜਾਣਿਆਂ ਨੇ ਉਹਨਾਂ ਨੂੰ ਜੱਫਾ ਭਰਿਆ, ਫਿਰ ਮੇਰੇ ਛੋਟੇ ਦੇਵਰ ਨੂੰ ਅੰਦਰ ਗਏ ਆ, ਉਹਨੂੰ ਫੜ ਕੇ ਲਿਆਉਂਦਾ, ਉਹਨੂੰ ਵਾਲਾਂ ਤੋਂ ਫੜ ਕੇ ਧੂ ਕੇ ਬਾਹਰ ਲੈ ਕੇ ਆਏ ਆ, ਠੀਕ ਹੈ। ਉਹਨਾਂ ਦੀ ਇੰਨੀ ਕੁ ਤੋੜ ਭੰਨ ਕੀਤੀ ਨਾ ਕਿ ਉਹਨਾਂ ਦਾ 1-1.5 ਲੱਖ ਰੁਪਇਆ ਸੀ ਜਿਹੜਾ ਅਸੀਂ ਲੋਹੜੀ ਵਾਸਤੇ ਰੱਖਿਆ ਸੀ ਬੱਚਿਆਂ ਦੀ ਵਾਸਤੇ, ਉਹ ਵੀ ਲੈ ਕੇ ਕੱਢ ਗਏ ਅੰਦਰੋਂ ਲੋਕਰ ਵਿੱਚੋਂ। ਲੋਕਰ ਤੋੜੇ ਨੇ, ਅਲਮਾਰੀ ਤੋੜੇ, ਬੈੱਡ ਡੂਰਾ ਪੂਰਾ ਕੀਤੇ ਆ, ਸਿਰਫ ਇਹੀ ਕੀਤੀ, ਜ਼ਿਆਦਾ ਨਹੀਂ ਕੀਤੀ। ਜਸਵੀਰ ਸਿੰਘ ਚਾਂਦ ਕੀ ਮਾਮਲਾ ਦਰਜੀ ਪਹਿਲਾਂ ਵੀ ਨਾ ਨਾ ਕੋਈ ਮਾਮਲਾ, ਸਾਨੂੰ ਕਿਸੇ ਗੱਲ ਦੀ ਭਣਕੀ ਨਹੀਂ, ਕੁਛ ਖਬਰ ਹੀ ਨਹੀਂ, ਸਾਡਾ ਦਰਵਾਜ਼ਾ ਵੀ ਖੁੱਲ੍ਹਾ ਸੀ, ਸਾਨੂੰ ਤਾਂ ਕੁਛ ਪਤਾ ਹੀ ਨਹੀਂ ਆ। ਇੱਥੋਂ ਤੀਕਰ ਕਿ ਅਸੀਂ ਕੈਮਰੇ ਲਵਾਏ ਆਪਣੀ ਸੇਫਟੀ ਵਾਸਤੇ, ਸਾਡੇ ਕੈਮਰੇ ਵੀ ਤੋੜ ਕੇ ਸਭ ਕੁਛ ਤੋੜ ਭੰਨ ਕੇ ਸਭ ਕੁਛ ਲੈ ਕੇ ਨਾਲ ਹੀ ਲੈ ਕੇ ਗਏ ਆ। ਘੱਟੋ ਘੱਟ 1 ਘੰਟਾ ਸਾਡੇ ਘਰ ਰਹੇ ਹੋ, 1 ਘੰਟੇ ਸਿੱਧਾ ਸਾਡੀ ਉਹ ਛਾਣਬੀਣ ਕਰਦੇ ਰਹੇ ਘਰ 'ਚ। ਪੁਲਿਸ ਨੇ ਕਿਹੜਾ ਕੇਸ ਪਾਇਆ? ਪੁਲਿਸ ਨੇ ਉਹਨਾਂ ਦੇ ਹੀਰੋਇਨ ਪਾਈ 1/2 ਕਿਲੋ। ਤੁਹਾਨੂੰ ਕਿਵੇਂ ਪਤਾ ਚੱਲਿਆ? ਸਾਨੂੰ ਅਖਬਾਰ 'ਚ ਆਇਆ, ਅੱਜ ਅਸੀਂ ਅਖਬਾਰ 'ਚ ਪੜ੍ਹਿਆ। ਨਾ ਕੋਈ ਕੇਸ ਨਹੀਂ ਹੈ, ਅਸੀਂ ਸਾਰਿਆਂ 'ਚੋਂ ਬਰੀ ਹੋਏ, ਸਾਰਿਆਂ 'ਚੋਂ ਬਰੀ ਹੋਏ, ਨਾ ਕੋਈ ਕੁਛ ਨਹੀਂ ਹੋਇਆ ਬਰਾਮਦ, ਕੁਛ ਵੀ ਨਹੀਂ, ਕੁਛ ਵੀ ਨਹੀਂ। ਕੀ ਚਾਹੁੰਦੇ ਹੋ? ਅਸੀਂ ਇਹੋ ਚਾਹੁੰਦੇ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਅਤੇ ਕੱਲ੍ਹ ਦੁਪਹਿਰ 4 ਵਜੇ ਸਾਡੇ ਘਰ ਬਹੁਤ ਜ਼ਿਆਦਾ ਪੁਲਿਸ ਆਈ ਆ, 6-7 ਗੱਡੀਆਂ ਸੀ, 30-40 ਜਾਣੇ ਸੀ, ਅਤੇ ਇਹ ਘਰ ਖਾਣਾ ਖਾਂਦੇ ਪਏ ਸੀ। ਉਹਨਾਂ ਨੇ ਸਾਨੂੰ ਕੁਛ ਨਹੀਂ ਦੱਸਿਆ ਕਿ ਕਿਉਂ ਆਏ, ਅਸੀਂ ਬੜਾ ਪੁੱਛਿਆ ਵਾ। ਸਾਡੀ ਸਾਰੀ ਲੇਡੀਜ਼ ਨੂੰ ਧੱਕੇ ਮਾਰੇ, ਸਾਡੇ ਬੱਚਿਆਂ ਨੂੰ ਧੱਕੇ ਮਾਰੇ ਆ, ਅਤੇ ਸਾਡੇ ਬੰਦਿਆਂ ਨੂੰ ਘਰੋਂ ਫੜ ਕੇ ਲੈ ਗਏ। ਇੱਥੋਂ ਤੱਕ ਕਿ ਸਾਡੀ ਅਲਮਾਰੀਆਂ ਵੀ ਤੋੜਤੀਆਂ, ਸਾਡੇ ਲੋਕਰ ਤੋੜ ਕੇ ਜਿੰਨਾ ਵੀ ਕੁਛ ਹੈਗਾ ਸੀ, ਸਾਡੇ ਕੈਮਰੇ ਵੀ ਤੋੜ ਕੇ ਲੈ ਗਏ, ਸਾਡੇ CCTV ਕੈਮਰੇ ਸੀ ਲੱਗੇ, ਉਹ ਵੀ ਤੋੜ ਕੇ ਲੈ ਗਏ ਨੇ। ਅਤੇ ਸਾਨੂੰ ਕੁਛ ਨਹੀਂ ਦੱਸਿਆ ਕਿਉਂ ਲੈ ਕੇ ਗਏ, ਕਿੱਥੇ ਲੈ ਕੇ ਗਏ, ਅਤੇ ਸਾਨੂੰ ਕੱਲ੍ਹ ਦਾ ਅਖਬਾਰਾਂ ਤੋਂ ਪਤਾ ਲੱਗਣ ਦਿਆ ਵਾ, ਅੱਜ ਦੀ ਵੀ ਅਖਬਾਰ ਵਿੱਚ ਇਹੀ ਆਇਆ ਵਾ ਕਿ ਉਹਨਾਂ 'ਤੇ ਪਰਚੇ ਪਾਏ ਗਏ ਆ, ਉਹਨਾਂ ਕੋਲ ਹੀਰੋਇਨ ਬਰਾਮਦ ਕੀਤੀ ਗਈ ਆ, ਜੋ ਕਿ ਬਿਲਕੁਲ ਨਾਜਾਇਜ਼ ਹੋਣ ਦਿਆ ਵਾ। ਸਾਡੇ ਨਾਲ ਇਹੋ ਜਿਹੀ ਕੋਈ ਗੱਲ ਨਹੀਂ ਆ, ਉਹਨਾਂ ਨੂੰ ਖਾਲੀ ਹੱਥੋਂ ਘਰੋਂ ਲੈ ਕੇ ਗਏ ਆ। ਕਿੱਥੇ ਮਿਲਣ ਲਈ? ਅਸੀਂ IG ਸਾਹਿਬ ਨੂੰ ਮਿਲਣ ਆਏ ਹਾਂ, ਸਾਨੂੰ ਇਨਸਾਫ ਚਾਹੀਦਾ ਵਾ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV। ਫੋਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। For all latest notification, don't forget to press the bell icon.